ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸ਼ਾਲੂ ਵੱਲੋਂ ਪਿਆਰ ਭੇਜ ਸਤਿ ਸ਼੍ਰੀ ਅਕਾਲ ਦਰਸ਼ਕ। ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ। ਮੈਂ ਗੱਲ ਕਰਨ ਜਾ ਰਹੀ ਹਾਂ ਜੀ ਪੰਜਾਬੀ ਇੰਡਸਟਰੀ ਦੇ ਇੱਕ ਮਾਡਲ ਦੇ ਬਾਰੇ, ਯਾਨੀ ਮੈਂ ਗੱਲ ਕਰ ਰਹੀ ਹਾਂ ਪਰਮਜੀਤ ਪਰਮ ਦੇ ਬਾਰੇ। ਪਰਮਜੀਤ ਪਰਮ ਪਹਿਲਾਂ ਵੀ ਸਾਨੂੰ ਕਾਫੀ ਗੀਤਾਂ ਦੇ ਵਿੱਚ ਦਿਖਾਈ ਦੇ ਚੁੱਕੇ ਨੇ ਅਤੇ ਉਹ ਕਾਫੀ ਵਾਰ ਆਪਣੀ ਕਾਫੀ ਗੱਲਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਘਿਰ ਚੁੱਕੇ ਨੇ। ਪਰ ਜੇਕਰ ਹੁਣ ਦੇ ਟਾਈਮ ਦੀ ਗੱਲ ਕਰੀਏ ਤਾਂ ਹੁਣ ਪਰਮਜੀਤ ਪਰਮ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਰਹੇ ਨੇ ਆਪਣੀ ਟਿਕਟੋਕ ਵੀਡੀਓਜ਼ ਨੂੰ ਲੈ ਕੇ। ਪਰਮਜੀਤ ਪਰਮ ਟਿਕਟੋਕ ਦੇ ਉੱਤੇ ਵੀ ਕਾਫੀ ਜ਼ਿਆਦਾ ਫੈਨ ਫੋਲੋਇੰਗ ਬਟੋਰ ਰਹੇ ਨੇ, ਪਰ ਇੱਥੇ ਜਿੱਥੇ ਪਰਮਜੀਤ ਪਰਮ ਦੀ ਇੰਨੀ ਜ਼ਿਆਦਾ ਤਾਰੀਫ ਹੋ ਰਹੀ ਹੈ ਉਹਨਾਂ ਦੀ ਐਕਟਿੰਗ ਨੂੰ ਲੈ ਕੇ, ਉੱਥੇ ਪਰਮਜੀਤ ਪਰਮ ਦੇ ਨਾਲ ਜੁੜੀ ਹੋਈ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਐਵੇਂ ਲੱਗਦਾ ਹੈ ਕਿ ਜਿਵੇਂ ਪਰਮਜੀਤ ਪਰਮ ਹੋਣ, ਪਰ ਪਰਮ ਦਾ ਕਹਿਣਾ ਹੈ ਕਿ ਉਹ ਇਹ ਨਹੀਂ ਹਨ ਅਤੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੀ ਸ਼ਕਲ ਦੇ ਨਾਲ ਮਿਲਦੀ ਹੋਈ ਇੱਕ ਕੁੜੀ ਨੇ। ਪਰ ਜਿੱਥੇ ਪਰਮਜੀਤ ਪਰਮ ਨੇ ਇਸ ਗੱਲ ਦਾ ਬਿਆਨ ਦਿੱਤਾ ਹੈ, ਉੱਥੇ ਪਰਮਜੀਤ ਪਰਮ ਨੂੰ ਲੈ ਕੇ ਇੱਕ ਪਰਸਨ ਦੇ ਵੱਲੋਂ ਕਾਫੀ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਸੀ। ਇਹ ਵੀਡੀਓ ਐਂਡ ਤੱਕ ਦੇਖਿਓ, ਪਾਇਲ ਪਰਮ ਨਾਂ ਦੀ ਕੁੜੀ ਨੇ ਕੀ ਗੁਲ ਖਿਲਾਏ ਨੇ। ਆਪਣੇ ਆਪ ਨੂੰ ਸਿੰਗਲ ਕਹਿਣ ਵਾਲੀ ਅੱਜ ਹੋਟਲਾਂ ਚ ਮਿਲ ਰਹੀ ਆ। ਇਹੀ ਗੱਲਾਂ ਸਮਝਾਉਂਦਾ ਹੁੰਦਾ ਸੀ ਨਾ ਵੀ ਇਹ ਕਦਮ ਨਾ ਚੱਕਿਆ ਕਰੋ। ਧਿਆਨ ਨਾਲ ਵੀਡੀਓ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ। ਬਾਅਦ ਸਾਫ਼ ਤੌਰ ਤੇ ਇਹ ਪਤਾ ਲੱਗ ਰਿਹਾ ਕਿ ਇਹ ਪਬਲਿਸਿਟੀ ਸਟੰਟ ਕੀਤਾ ਜਾ ਰਿਹਾ। ਉਸ ਤੋਂ ਬਾਅਦ ਪਰਮਜੀਤ ਪਰਮ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਅਤੇ ਪਰਮਜੀਤ ਪਰਮ ਨੇ ਕੀ ਕੁਝ ਕਿਹਾ, ਆਓ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਪਰਮ, ਤੁਹਾਨੂੰ ਵੀ ਪਤਾ ਹੀ ਹੈ ਕਹਿੰਦੇ ਬੰਦੇ ਦੇ ਚਾਰ ਫਾਲੋਅਰ ਨਹੀਂ ਵੱਧਦੇ ਦੁਨੀਆ ਐ ਮੱਚਣ ਲੱਗ ਜਾਂਦੀ ਹੈ। ਮੈਂ ਇੱਕ ਗੱਲ ਕਹਿਣ ਲੱਗੀ, ਇੱਕ ਵੀਰਾ ਮੇਰਾ ਕੌਰ ਔਲਖ ਪਤਾ ਨਹੀਂ ਉਹਦਾ ਨਾਮ ਕੀ ਮੈਨੂੰ ਨਹੀਂ ਪਤਾ ਹੈਗਾ, ਉਹ ਵੀਰੇ ਨੇ ਕਿਹਾ ਕਹਿੰਦੇ ਪਾਇਲ ਪਰਮ ਹੋਟਲ 'ਚ ਮਿਲਣ ਗਈ ਆ, ਵੀਡੀਓ ਬਣਾਈ ਆ। ਮੈਂ ਇੱਕ ਗੱਲ ਪੁੱਛਾਂ ਵੀਰੇ, ਵੀਡੀਓ ਤੂੰ ਸ਼ੂਟ ਕਰਨ ਦਿਆ ਸੀ? ਉਹ ਤੈਨੂੰ ਲੱਗਦਾ ਮੇਰੀ ਵੀਡੀਓ ਹੈ? ਜੇ ਮੇਰੀ ਵੀਡੀਓ ਹੁੰਦੀ ਮੇਰੇ ਘਰਦੇ ਮੈਨੂੰ ਘਰੋਂ ਕੱਢ ਦਿੰਦੇ। ਅਤੇ ਦੂਜੀ ਗੱਲ ਨਾ ਵੀਰੇ, ਜੇ ਹੁਣ ਤੂੰ ਵੀਡੀਓ ਪਾਈ ਆ, ਹੁਣ ਤੈਨੂੰ ਫੋਨ ਆਊਂਗਾ ਨਾ ਫਿਰ ਦੱਸੀ ਤੂੰ, ਠੀਕ ਹੈ? ਫਿਰ ਤੈਨੂੰ ਸਾਈਬਰ ਵਾਲੇ ਦੱਸੂਗੇ ਉਹ ਮੇਰੀ ਵੀਡੀਓ ਸੀ, ਠੀਕ ਹੈ? ਜੇ ਮੇਰੀ ਵੀਡੀਓ ਹੁੰਦੀ ਨਾ ਮੈਂ ਖੁਦ ਮੰਨ ਲੈਂਦੀ ਕਿ ਹਾਂ ਮੇਰੀ ਵੀਡੀਓ। ਤੈਨੂੰ ਕਿਵੇਂ ਪਤਾ ਤੂੰ ਫੋਟੋ ਸ਼ੂਟ ਕਰਨ ਦਿਆ ਸੀ, ਉੱਥੇ ਵੀਡੀਓ ਬਣਾਉਣ ਦਿਆ ਸੀ? ਮੇਰੀ ਵੀਡੀਓ ਉਹ, ਤੇਰੇ ਘਰ ਧੀ ਭੈਣ ਨਹੀਂ ਹੈਗੀ ਜਾਂ ਤੇਰੇ ਘਰ ਮਾਂ ਨਹੀਂ ਹੈਗੀ? ਤੂੰ ਵੀਡੀਓ ਚੱਕ ਕੇ ਪਾਣ ਦਿਆ, ਸ਼ਰਮ ਨਹੀਂ ਹੈਗੀ ਤੂੰ ਮੇਰਾ ਨਾਮ ਲੈਣ ਦਿਆ? ਤੈਨੂੰ ਪਤਾ ਵੀ ਉਹ ਮੇਰੀ ਵੀਡੀਓ ਕਿ ਕਿਸੇ ਹੋਰ ਕੁੜੀ ਦੀ ਵੀਡੀਓ ਹੈ? ਸ਼ਰਮ ਕਰ ਥੋੜ੍ਹੀ, ਹੁਣ ਤੈਨੂੰ ਫੋਨ ਆਊਂਗਾ ਨਾ ਫਿਰ ਹੁਣ ਤੂੰ ਮੈਨੂੰ ਦੱਸੀ। ਸਿਰਫ ਗੱਲ ਇੱਥੇ ਹੀ ਨਹੀਂ ਥਮੀ, ਪਰਮਜੀਤ ਪਰਮ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਇੱਕ ਵੀਰ ਨੇ ਮੈਨੂੰ ਕਿਹਾ ਤੂੰ ਹੋਟਲਾਂ 'ਚ ਜਾਂਦੀ ਹੈ ਕੁਛ, ਚਲੋ ਕੋਈ ਗੱਲ ਨਹੀਂ, ਹੁੰਦਾ ਹੀ ਹੈ। ਜਦੋਂ ਪਬਲਿਸਿਟੀ ਚਾਹੀਦੀ ਹੁੰਦੀ, ਕਿਸੇ ਨੇ ਫੇਮਸ ਹੋਣਾ ਚਾਹੀਦਾ, ਕਿਸੇ ਫੇਮਸ ਬੰਦੇ ਨੂੰ ਚੱਕ ਲਓ ਅਤੇ ਉਹਦੀ ਬਦਨਾਮੀ ਕਰ ਦਿਉ। ਅਤੇ ਵੀਰੇ ਬਦਨਾਮੀ ਚੰਗੀ ਤਰ੍ਹਾਂ ਕਰਵਾ ਲਈ, ਹੁਣ ਆਹ ਮੈਂ ਕਰਵਾ ਤਾ ਕੇਸ ਦਰਜ ਬੰਬੇ 'ਚ, ਧਿਆਨ ਨਾਲ ਦੇਖ ਲਈ। ਇਹ ਮੇਰੇ ਕੋਲ ਹਾਲੇ ਕਾਪੀ ਹੈ, ਓਰੀਜਨਲ ਨਹੀਂ ਹੈਗੀ, ਪਰ ਮੈਂ ਕੇਸ ਕਰਤਾ। ਹੁਣ ਵੀਰੇ ਜਿਹਦੀ ਕੁੜੀ ਦੀ ਬਦਨਾਮੀ ਕਰਨੀ ਹੈ ਤੂੰ ਕਰ ਸਕਦਾ, ਆਹ ਸਤਿ ਸ਼੍ਰੀ ਅਕਾਲ। ਅਤੇ ਜਿਹੜੇ ਮੈਨੂੰ ਪਿਆਰ ਕਰਦੇ ਆ, ਜੇ ਮੇਰੀ ਸਪੋਰਟ 'ਚ ਖੜ੍ਹੇ ਆ, ਤਾਂ ਥੈਂਕ ਯੂ ਸੋ ਮੱਚ, ਉਹਨਾਂ ਦਾ ਵੀ ਦਿਲੋਂ ਧੰਨਵਾਦ ਕਿ ਤੁਸੀਂ ਮੇਰੇ ਨਾਲ ਖੜ੍ਹੇ ਹੋ। ਆ ਜਿਹੜੇ ਹੇਟਰਸ ਨੇ ਜਿਹੜੇ ਮੈਨੂੰ ਬਦਨਾਮ ਕਰਨ 'ਤੇ ਤੁਰੇ ਆ, ਮੈਂ ਹੁਣ ਜਿੰਨਾ ਜਿੱਥੇ ਤੱਕ ਜੋੜ ਲੱਗਦਾ ਲਾ ਲਓ, ਕੋਈ ਦਿੱਕਤ ਨਹੀਂ। ਜੀ ਹਾਂ, ਇਸ ਵੀਡੀਓ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਪਰਮਜੀਤ ਪਰਮ ਇਸ ਪਰਸਨ ਦੇ ਖਿਲਾਫ਼ ਕਰ ਚੁੱਕੇ ਨੇ ਜੀ ਪੁਲਿਸ ਕੇਸ, ਅਤੇ ਹੁਣ ਹਜੇ ਮਾਮਲਾ ਇੱਥੇ ਹੀ ਦਬਿਆ ਹੈ। ਇਸ ਤੋਂ ਬਾਅਦ ਨਾ ਤਾਂ ਕੋਈ ਪਰਮਜੀਤ ਪਰਮ ਵੱਲੋਂ ਲਾਈਵ ਆਇਆ, ਨਾ ਇਸ ਪਰਸਨ ਦੇ ਵੱਲੋਂ ਕੋਈ ਵੀ ਲਾਈਵ ਆਇਆ। ਪਰ ਤੁਸੀਂ ਪੂਰੇ ਮਾਜਰੇ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੁੰਦੇ ਹੋ, ਆਪਣੇ ਸੁਝਾਵ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਅਤੇ ਹੁਣ ਮੈਂ ਚੱਲਦੀ ਅਗਲੀ ਵਾਰ ਆਵਾਂਗੀ ਇੱਕ ਨਵੀਂ ਖਬਰ ਦੇ ਨਾਲ, ਅਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਡੇਲੀ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਪ੍ਰੈਸ ਕਰ ਲਓ ਬੈਲ ਆਈਕਨ ਨੂੰ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ, ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।